ਤਾਂ ਗੁਰਮੀਤ ਸਿੰਘ ਖੁੱਡੀਆਂ ਨੂੰ ਨਵੇਂ ਕੈਬਨਟ ਮੰਤਰੀ ਦਾ ਅਹੁਦਾ ਮਿਲ ਚੁੱਕਿਆ ਔਰ ਇਸੇ ਦੇ ਨਾਲ ਹੀ ਲੰਬੀ ਵਿਧਾਨ ਸਭਾ ਹਲਕੇ ਨੂੰ ਵੀ ਆਪਣਾ ਮੰਤਰੀ ਮਿਲ ਚੁੱਕਿਆ ਹਾਲਾਂਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਉਸ ਜਗ੍ਹਾ ਤੋਂ ਮੁੱਖ ਮੰਤਰੀ ਬਣਦੇ ਆ ਲਗਾਤਾਰ ਜਿੱਦੇ ਆ ਪਰ ਇਸ ਵਾਰ ਜਿਹੜਾ ਹਾਰ ਦਾ ਸਾਹਮਣਾ ਸੀਗਾ ਉਹ ਕਰਨਾ ਪਿਆ ਤੇ ਇਸ ਵਕਤ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਨਾਲ ਨੇ ਠੇਮਾ ਭਾਈ ਯਾਦ ਹੋਏਗਾ ਜਦੋਂ ਪਹਿਲੀ ਰੈਲੀ ਹੋਈ ਸੀ ਉਦੋਂ ਵੀ ਮਿਲੇ ਅਕਸਰ ਤੁਹਾਨੂੰ ਫਾਈਲਾਂ ਲੈ ਕੇ ਮੰਤਰੀਆਂ ਦੇ ਕੋਲ ਘੁੰਮਦੇ ਦੇਖਦੇ ਸੀ ਕਿ ਮੇਰੇ ਹਲਕੇ ਦਾ ਆ ਕੰਮ ਹੈ ਮੇਰੇ ਹਲਕੇ ਦਾ ਕੰਮ ਹੈ ਹੁਣ ਖੁਦ ਮੰਤਰੀ ਬਣ ਗਿਆ ਤਾਂ ਕੀ ਫਰਕ ਨਜ਼ ਫਰਕ ਤਾਂ ਇਹ ਆਉਂਦਾ ਜੀ ਪਹਿਲਾਂ ਮੈਨੂੰ ਲੱਗਦਾ ਦੂਜੇ ਨੂੰ ਕਹਿਣਾ ਸੌਖਾ ਸੀਗਾ ਹੁਣ ਨਾਲ ਨਿਭਣਾ ਬਹੁਤ ਜ਼ਿੰਮੇਵਾਰੀਆਂ ਨਿਭਾਣਾ ਪਊ ਤਾਂ ਔਖਾ ਵੀ ਇਹਦੇ ਮੈਂ ਧੰਨਵਾਦ ਕਰੂੰਗਾ ਜੀ ਪਾਰਟੀ ਸੁਪਰੀਮੋ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਪਿੱਤਾ ਜੀ ਨੂੰ ਇਸ ਰੋਲ ਲਈ ਚੁਣਿਆ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਨਿਭਾਵਾਂਗੇ ਜਿਵੇਂ ਤੁਸੀਂ ਫਾਈਲਾਂ ਵਾਲੀ ਗੱਲ ਕਹੀ ਜੀ ਸ਼ਾਇਦ ਸ਼ੁਰੂ ਤੋਂ ਹੀ ਮਤਲਬ ਹਲਕੇ ਤੋਂ ਹੀ ਜਿਹੜੀ ਟੀਮ ਹੈ ਟ੍ਰੇਨਿੰਗ ਹੀ ਉਵੇਂ ਮਿਲੀ ਹੈ ਕੰਮ ਗਾਂ ਵੀ ਇੰਝ ਚੱਲਦੇ ਰਹਿਣਗੇ ਪਹਿਲਾਂ ਆਪਦੇ ਹਲਕੇ ਦੀਆਂ ਫਾਈਲ ਲੈ ਆਉਂਦੇ ਸੀ ਹੁਣ ਜਿਹੜਾ ਵੀ ਵੀਰ ਭਰਾ ਮਿਲਿਆ ਕਰੂ ਹੋਰ ਹਲਕਿਆਂ ਦਾ ਵੀ ਜਿਨ੍ਹਾਂ ਨਾਲ ਤੁਰ ਸਕੇ ਜਿੰਨੇ ਕਾਗਜ਼ ਚੱਕ ਸਕੇ ਤੇ ਜਿੰਨਾ ਹੋਰ ਮੰਤਰੀਆਂ ਦੇ ਪ੍ਰੈਸ਼ਰ ਬਣਾਉਂਦੇ ਸੀ ਉਹਨਾਂ ਆਪਦੇ ਆਪਦਿਆਂ ਤੇ ਵੀ ਬਣਾਇਆ ਕਰਾਂਗੇ ਸੇਵਾਦਾਰ ਜਗਦੀਪ ਸਿੰਘ ਖੁੱਡੀਆਂ ਦਾ ਇੱਕ ਇਤਿਹਾਸ ਰਿਹਾ ਹੈਗਾ ਇੱਕ ਲੈਗਸੀ ਰਹੀ ਹੈਗੀ ਉਸ ਨੂੰ ਕੰਟੀਨਿਊ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਹੁਣ ਆਈ ਹੈ ਤੁਹਾਡੇ ਪਰਿਵਾਰ ਤੇ ਇੱਕ ਕੈਬਨਿਟ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਹੈ ਨਹੀਂ ਬਿਲਕੁਲ ਜੀ ਜਦੋਂ ਤੁਸੀਂ ਉਹਨਾਂ ਦਾ ਨਾਮ ਲੈਂਦੇ ਹੋ ਚੀਜ਼ਾਂ ਸਾਡੇ ਲਈ ਭਾਵਕ ਵੀ ਹੁੰਦੀਆਂ ਤੇ ਮਤਲਬ ਉਹ ਨਾਮ ਮੈਨੂੰ ਲੱਗਦਾ ਹੈ ਜ਼ਿੰਮੇਵਾਰੀਆਂ ਤੋਂ ਬਹੁਤ ਵੱਡਾ ਵੀ ਮੈਂ ਤਾਂ ਸ਼ਾਇਦ ਉੱਥੇ ਪੈਰ ਤੱਕ ਵੀ ਨਹੀਂ ਹੋਇਆ ਵੀ ਕਦੇ ਮੈਂ ਇਹ ਗੱਲ ਕਹਿ ਸਕਾਂ ਵੀ ਉਹ ਨਾਮ ਦਾ ਮੈਂ ਵਜਨ ਚੱਕ ਸਕੂੰਗਾ ਹਾਂ ਪਾਪਾ ਜੀ ਉਰੇ ਤੇ ਬਾਈ ਤੀਰੇ ਉਰੇ ਸ਼ੁਰੂ ਤੋਂ ਬਹੁਤ ਉਹਨਾਂ ਨੇ ਮੋਢਿਆਂ ਤੇ ਇਸ ਚੀਜ਼ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਅੱਜ ਵੀ ਜਾਰੀ ਰੱਖਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਮੈਂ ਇਸ ਗੱਲ ਕਰਕੇ ਦੁਬਾਰੇ ਧੰਨਵਾਦ ਕਰੂੰਗਾ ਵੀ ਬਹੁਤ ਚੀਜ਼ਾਂ ਦਿਲ 'ਚ ਸੀ ਵੀ ਇਮਾਨਦਾਰੀ ਨਾਲ ਸ਼ੁਰੂ ਤੋਂ ਕੰਮ ਕਰਦੇ ਆ ਹਾਰਡ ਵਰਕਿੰਗ ਵੀ ਜੇ ਕੁਝ ਮਿਲੇ ਤਾਂ ਸ਼ਾਇਦ ਹੋਰ ਕਰਕੇ ਦਿਖਾਈਏ ਵੀ ਹਲਕੇ ਤੋਂ ਬਾਹਰ ਲੋਕਾਂ ਨੂੰ ਵੀ ਪੰਜਾਬ ਚ ਵੀ ਪਤਾ ਲੱਗੇ ਵੀ ਵਾਕਈ ਤੁਸੀਂ ਬਜ਼ੁਰਗਾਂ ਦਾ ਨਾਮ ਲਿਆ ਵੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਹੀ ਪਰਿਵਾਰ ਹੈ ਵੀ ਉਹਨਾਂ ਦਾ ਹੀ ਬੇਟਾ ਲਗਨ ਨਾਲ ਲੱਗਿਆ ਹੋਇਆ। ਖਾਸ ਤੌਰ ਤੇ ਸਾਦੇਪਨ ਦਾ ਇੱਕ ਜ਼ਿਕਰ ਖੁੱਡੀਆਂ ਸਾਹਿਬ ਦਾ ਜ਼ਰੂਰ ਹੁੰਦਾ ਸੀ ਖਾਸ ਤੌਰ ਤੇ ਮੈਂ ਜਗਦੇਵ ਸਿੰਘ ਖੁੱਡੀਆਂ ਦਾ ਕਿਉਂਕਿ ਸੁਣਿਆ ਜਿਸ ਤਰੀਕੇ ਦੇ ਨਾਲ ਕਿ ਵੱਡੀਆਂ ਵੱਡੀਆਂ ਚੀਰਮੈਨੀਆਂ ਰਹੀਆਂ ਪਰ ਇੱਕ ਆਮ ਬੰਦੇ ਦੀ ਤਰ੍ਹਾਂ ਕੰਮ ਕਰਦੇ ਰਹੇ, ਆਮ ਗੱਡੀਆਂ ਦੇ ਵਿੱਚ ਘੁੰਮਦੇ ਰਹੇ, ਬੱਸਾਂ ਤੇ ਜਾਂਦੇ ਰਹੇ। ਨਹੀਂ ਹੁਣ ਵੀ ਆਈਆਂ ਜੀ ਜੇ ਇੱਥੇ ਕਵਾਂਗੇ ਮੀਡੀਆ ਤੇ ਕਈ ਵਾਰ ਉਵੇਂ ਲੱਗਦਾ ਹਨਾ ਘਰ ਵਾਲੀ ਗੱਡੀ ਅੱਜ ਵੀ ਸੁਧਾਰਨਾ ਹੈ ਤੇ ਹੈ ਵੀ ਇੱਕੋ ਹੀ ਹੁਣ ਤਾਂ ਚਲੋ ਐਮਐਲਏ ਬਣ ਕੇ ਜੇ ਬਾਪੂ ਹੀ ਲੈ ਜਾਂਦੇ ਤੇ ਅਸੀਂ ਬੱਸਾਂ ਟ੍ਰੇਨਾਂ ਜੀ ਰਹੇ ਹਾਂ ਜੀ ਦੋਹੇ ਭਰਾ ਤੇ ਗਾਂ ਵੀ ਮੈਨੂੰ ਲੱਗਦਾ ਵੀ ਰੱਬ ਮਿਹਰਮਾਨੀ ਰੱਖੇ ਕਦੇ ਨਾ ਬਦਲੀਏ ਹੈਨਾ ਕਿਉਂਕਿ ਇਹ ਜਿਹੜੀ ਚੀਜ਼ ਅੱਜ ਮਿਲੀ ਹੈ ਇਹ ਮਿਲੀ ਤਾਂ ਜੇ ਕਦੇ ਜਾਣੀ ਹੈ ਕਦੇ ਲੋਕਾਂ ਨੇ ਲੈ ਜਾਣੀ ਹੈ ਜੀ ਜੇ ਆਪ ਦਾ ਕਰਤਾਰ ਨਾਲ ਸਮਝੌਤਾ ਕਰ ਲਿਆ ਤਾਂ ਸ਼ਾਇਦ ਗਾਂ ਬਹੁਤ ਔਖਾ ਹੋਣਾ। ਪੀ ਦੇ ਇਲੈਕਸ਼ਨ ਦਾ ਇੱਕ ਵੱਡਾ ਬੋਝ ਬਠਿੰਡੇ ਦੇ ਵਿੱਚ ਰਹੇਗਾ ਬਠਿੰਡਾ ਜਿਹੜੀ ਸੀਟ ਦੀ ਜ਼ਿੰਮੇਵਾਰੀ ਤੁਹਾਡੇ ਪਰਿਵਾਰ ਤੇ ਰਹਿਣ ਵਾਲੀ। ਨਹੀਂ ਜੀ ਲੰਬੀ ਨਾਲੋਂ ਵੱਡਾ ਬੋਝ ਤਾਂ ਕੋਈ ਵੀ ਨਹੀਂ ਹੋ ਸਕਦਾ ਮੈਨੂੰ ਲੱਗਦਾ ਜੇ ਉਹ ਨਭਾ ਸਕਦੇ ਆ 30 32 ਸਾਲ ਜਿੱਥੇ ਵੀ ਹਨਾ ਜਿੰਨਾ ਕਿ ਸਾਡੀ ਰੱਬ ਨੇ ਡਿਊਟੀ ਲਈ ਤੇ ਬਠਿੰਡੇ ਵੀ ਜਿੱਥੇ ਪਾਰਟੀ ਸਾਨੂੰ ਜਿਹਦੇ ਨਾਲ ਖੜਨ ਨੂੰ ਕਹੂ ਜਾਂ ਜਿਹੇ ਜਿਹੇ ਰੋਲ ਦੇਊਗੀ ਜੀ ਬੋਝ ਨਹੀਂ ਐਨਾ ਵਾਦਾ ਕਰਦੇ ਆ ਵੀ ਪਾਰਟੀ ਨੂੰ ਬੋਝ ਨਹੀਂ ਫੀਲ ਹੋਣ ਦਿੰਦੇ ਆ